ਆ ਵੇਖੋ ਨਕਸ਼ੇ ਦੇ ਉੱਤੇ ਲਿਖਿਆ ਹੋਇਆ 1913 1913 ਦੀ ਬੰਦਗੀ ਹਾਂਜੀ ਹਾਂਜੀ ਉਹ ਦੇਖੋ ਉੱਤੇ ਲਿਖਿਆ ਰੈੱਡ ਅੱਖਰਾਂ ਦੇ ਵਿੱਚ ਇਹ ਕਿਥੇ ਚਬਾਰਾ ਸੀਗਾ ਜੀ ਇਹਦੇ ਉੱਪਰ ਇੱਕ ਉਹ ਚਬਾਰਾ ਸੀਗਾ ਜੀ ਹਮ ਇਹ ਉਧਰ ਚਬਾਰਾ ਆ ਪਿੱਛੇ ਤੁਹਾਨੂੰ ਦਿਖ ਰਿਹਾ ਇੱਕ ਉਧਰ ਚਬਾਰਾ ਸੀਗਾ ਜੀ ਇੱਕ ਪੌੜੀਆਂ ਉੱਥੋਂ ਚੜ੍ਹਦੀਆਂ ਸੀ ਜੀ ਇੱਕ ਪੌੜੀਆਂ ਇੱਥੋਂ ਚੜ੍ਹਦੀਆਂ ਸੀ ਇਹ ਸਾਰੀ ਵਿਹਲੀ ਇੱਕ ਸੀ ਹਵੇਲੀ ਦੇ ਵਿੱਚ ਕੋਈ ਸੁਰੰਗ ਵੀ ਹੈਗੀ ਸੀ ਹਾਂਜੀ ਹੈਗੀ ਆ ਜੀ ਅੱਜ ਹਾਂਜੀ ਹਾਂਜੀ ਅੱਜ ਵੀ 11 ਪੌੜੀਆਂ ਅਸੀਂ ਵੇਖੀਆਂ ਹੋਈਆਂ ਨੇ 11 ਤੋਂ ਅੱਗੇ ਅਸੀਂ ਨਹੀਂ ਜਾਂਦੇ ਤੇ ਵਿੱਚ ਸੁਰੰਗ ਦੇਖੀ ਸੀ ਕੋਈ ਓਏ ਉਹਦਾ ਇਹ ਮੈਦਾਨ ਭਾਰੋਂ ਦਾਦਨਾ ਕਾਂ ਦਾ ਨਹੀਂ ਇਹੀ ਗਏ ਦੇ ਝੱਖ ਪਾ ਜਾ ਬਬੂ ਜੀ ਕੀ ਨਾਮ ਹੈ ਤੁਹਾਡਾ ਅਰੇ ਰਾਮ ਹਰੀਰਾਮ ਇਹ ਪਿੰਡ ਕਿਹੜਾ ਹੈ? ਆ ਸਰਾਵਾ ਬੋਤਲਾ। ਸਰਾਵਾ ਬੋਤਲਾ। ਇੱਥੇ ਪਿੰਡ ਦੇ ਵਿੱਚ ਉਹ ਜਿਹੜੇ ਮੁਸਲਮਾਨ ਪਰਿਵਾਰ ਰਹਿੰਦੇ ਸੀ। ਹਾਂਜੀ। ਕਿਹੜੇ ਰਹਿੰਦੇ ਸੀ? ਕਿਹੜੀ ਕਾਸਟ ਸੀ ਉਹਨਾਂ ਦੀ? ਉਹ ਮੁਸਲਮਾਨ ਸੀਗੇ। ਹਾਂ ਬੋਤਲੇ। ਅੱਤ ਦਾ ਸਰਾਵਾ ਬੋਤਲਾ ਨਹੀਂ ਬਜਦੀ ਨਾ। ਅੱਛਾ ਉਸੇ ਕਰਕੇ ਸਰਾਵਾ ਬੋਤਲਾ। ਹਾਂ ਉਹ ਉਹਦਾ ਨਾਂ ਚੱਲਦਾ ਬੋਤਲੇ ਦਾ ਇਹ। ਕਹਿੰਦਾ ਸਰਾਵਾ ਬੋਤਲਾ। ਤੇ ਉਹਨਾਂ ਦੇ ਘਰ ਵੀ ਇੱਥੇ ਹੈਗੇ ਨੇ। ਹਾਂ ਉਹ ਮਗਰ ਦੇ ਪਾਸੇ। ਅਜੇ ਵੀ ਖੜੇ ਨੇ ਉਸ ਵਕਤ। ਬਈ ਅੱਜ ਖੜੇ ਦੋ ਚਾਰ ਮਖਾਨ ਅੱਛਾ ਤੇ ਪਿੰਡ ਆ ਕੇ ਲੈ ਕੇ ਜਿੰਦਾ ਮੇਰਾ ਨਾਮ ਜੀ ਰਣਜੀਤ ਸਿੰਘ ਰਣਜੀਤ ਸਿੰਘ ਜੀ ਇਹ ਪਿੰਡ ਕਿਹੜਾ ਹੈ ਇਹ ਪਿੰਡ ਹੈ ਜੀ ਸਰਾਵਾ ਬੋਤਲਾ ਅੱਛਾ ਸਰਾਵਾ ਬੋਤਲਾ ਇਹ ਮਜ਼ਾਰ ਹੈ ਸਾਹਮਣੇ ਹੈਨਾ ਹਾਂਜੀ ਇਹ ਕਿਹਨਾਂ ਦੀ ਮਜ਼ਾਰ ਹੈ ਇਹ ਆ ਜੀ ਪੀਰ ਬੋਤਲਾ ਸਾਹਿਬ ਮਤਲਬ ਜਿਨ੍ਹਾਂ ਨੇ ਪਿੰਡ ਆਬਾਦ ਕੀਤਾ ਸੀ ਆਬਾਦ ਕੀਤਾ ਸੀ ਜਿਨ੍ਹਾਂ ਨੇ ਪਿੰਡ ਵਸਾਇਆ ਸੀ ਇਹ ਹੂੰ ਇਹ ਉਹਨਾਂ ਦੀ ਜਗ੍ਹਾ ਹੈ ਜੀ ਅੱਛਾ ਇਹ ਪਿੱਛੇ ਤੁਹਾਡੇ ਹਵੇਲੀ ਆ ਬੜੀ ਸੋਹਣੀ ਕਿਸੇ ਸਮੇਂ ਤਾਂ ਬੜੀ ਸੋਹਣੀ ਸੀ ਹਾਂਜੀ ਹਾਂਜੀ ਇਹਦੇ ਬਾਰੇ ਦੱਸੋ ਕਿ ਕੁੱਝ ਇਹ ਕਿੰਨਾ ਦੀ ਹਵੇਲੀ ਸੀਗੀ ਕਿਵੇਂ ਆ ਤੁਸੀਂ ਕੁਝ ਦੇਖਿਆ ਹੋਵੇ ਇਸ ਤੋਂ ਪਹਿਲਾਂ ਹੁਣ ਤਾਂ ਇਹ ਇੱਕ ਤਰ੍ਹਾਂ ਦੀ ਖੰਡਰ ਦਾ ਰੂਪ ਧਾਰਨ ਕਰ ਗਈ ਮੇਰੀ ਸੰਭਾਲ ਦੇ ਵਿੱਚ ਜੀ ਇਹ ਬਹੁਤ ਸੋਹਣਾ ਮਕਾਨ ਸੀ ਅੱਛਾ ਆ ਵੇਖੋ ਨਕਸ਼ਾ ਇਹਦੇ ਉੱਤੇ ਲਿਖਿਆ ਹੋਇਆ 1913 1913 ਦੀ ਬਣੀ ਹਾਂਜੀ ਹਾਂਜੀ ਉਹ ਦੇਖੋ ਉੱਤੇ ਲਿਖਿਆ ਰੈੱਡ ਅੱਖਰਾਂ ਦੇ ਵਿੱਚ ਇੱਕ 919 ਤੇ 3 ਦੀਦਾਵਾ ਵਿਚਲਾ ਵਨ ਗੈਪ ਹੋ ਚੁਕਿਆ ਵਾ ਠੀਕ ਹੈ ਇਹ 1913 ਦੀ ਬਣੀ ਹੋਈ ਹੈ ਜੀ ਤੇ 2013 ਦੇ ਵਿੱਚ ਇਹਨੂੰ 100 ਸਾਲ ਹੋ ਗਿਆ 100 ਸਾਲ ਹੋ ਗਏ 2013 ਚ ਤੇ ਉਹ ਹੁਣੇ 100 ਤੋਂ ਪਾਰ ਜਾ ਰਹੀ ਹੈ ਸਦੀ ਪਲਟ ਚੁੱਕੀ ਹੈ ਜਾਇ ਕਿ ਹੁਣ 2022 ਚੱਲਣ ਡਿਆ ਵਾ ਤੇ ਮੇਰੀ ਸੰਭਾਲ ਦੇ ਵਿੱਚ ਇੱਥੇ ਬੜੀਆਂ ਚੀਜ਼ਾਂ ਸੀ ਸਰ ਜੀ ਇਹ ਇੱਕ ਇੱਥੇ ਚਬਾਰਾ ਸੀਗਾ ਜੀ ਇਹਦੇ ਉੱਪਰ ਇੱਕ ਹੋਰ ਚਬਾਰਾ ਸੀਗਾ ਜੀ ਇੱਕ ਉਧਰ ਚਬਾਰਾ ਆ ਪਿੱਛੇ ਤੁਹਾਨੂੰ ਦਿਖ ਰਿਹਾ ਇੱਕ ਉਧਰ ਚਬਾਰਾ ਸੀਗਾ ਜੀ ਇੱਕ ਪੌੜੀਆਂ ਉੱਥੇ ਚੜਦੀਆਂ ਸੀ ਜੀ ਇੱਕ ਪੌੜੀਆਂ ਇੱਥੋਂ ਚੜਦੀਆਂ ਸੀ ਇਹ ਸਾਰੀ ਵਿਹਲੀ ਇੱਕ ਸੀ ਜੀ ਆ ਜਿਹੜੇ ਮਕਾਨ ਪਏ ਹੋਏ ਨੇ ਇਹ ਵੀ ਇਸੇ ਜਗ੍ਹਾ ਦੇ ਵਿੱਚ ਆ ਸਾਰਾ ਕੁਝ ਇੰਨਾ ਵੀ ਇਹ ਬਾਅਦ ਪਾਰਟਿਸ਼ਨ ਤੋਂ ਬਾਅਦ ਵੰਡੀ ਗਈ ਹੈ ਇਹ ਜਗ੍ਹਾ ਵੰਡਣ ਦੇ ਨਾਲ ਜਿਵੇਂ ਗੱਦੂ ਵਜਦੇ ਨੇ ਜੀ ਆ ਰਾੜੀਏ ਵਜਦੇ ਨੇ ਜੀ ਉਹ ਠੱਬਿਆਂ ਦੇ ਚਾਰ ਪੰਜ ਘਰ ਵਜਦੇ ਨੇ ਜੀ ਅੱਛਾ ਮਤਰਾ ਅਲੱਗ-ਅਲੱਗ ਡਿਵਾਈਡ ਹੋਈ ਹੈ ਜਾਂ ਖਰੀਦ ਲਈ ਜਾਂ ਕਿਵੇਂ ਅਲਾਟਮੈਂਟ 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 ਹਾਂਜੀ ਠੀਕ ਹੈ ਠੀਕ ਹੈ ਤੇ ਹੋਰ ਇੱਥੇ ਕਹਿੰਦੇ ਨੇ ਕਿ ਇਸ ਹਵੇਲੀ ਦੇ ਵਿੱਚ ਕੋਈ ਸੁਰੰਗ ਵੀ ਹੈਗੀ ਸੀ ਹਾਂਜੀ ਹੈਗੀ ਆ ਜੀ ਅੱਜ ਹਾਂਜੀ ਹਾਂਜੀ ਅੱਜ ਵੀ 11 ਪੌੜੀਆਂ ਅਸੀਂ ਵੇਖੀਆਂ ਆਈਆਂ ਨੇ 11 ਤੋਂ ਅੱਗੇ ਅਸੀਂ ਨਹੀਂ ਜਾਂਦੇ ਉਦੋਂ ਅਸੀਂ ਛੋਟੇ ਸਾਂ ਸਾਡੀ ਇੰਨੀ ਹਿੰਮਤ ਨਹੀਂ ਸੀ ਕਿ ਅਸੀਂ ਥੱਲੇ ਜਾ ਕੇ ਵੇਖ ਸਕੀਏ ਉਹ ਸੱਪ ਕੀੜਾ ਕੁਝ ਵੀ ਹੋ ਸਕਦਾ ਦੇ ਵਿੱਚ ਹਾਂ ਉਹ ਪਰਲੀ ਮਾਲਿਆਂ ਦੀ ਹਵੇਲੀ ਆ ਜਿਹੜੀ ਉੱਥੇ ਨਾ ਅਸੀਂ ਖੇਡਦੇ ਹੁੰਨੇ ਹਾਂ ਤੇ ਇੱਕ ਦਿਨ ਇੱਕ ਕੁੱਕੜ ਛੱਡਦਾ ਵਿੱਚ ਉਹਦੇ ਸੁਰੰਗ ਦੇ ਵਿੱਚ ਸੁਰੰਗ ਦੇ ਵਿੱਚ ਅੱਛਾ ਚੌੜ ਦੇ ਨਾਲ ਹੀ ਕੁੱਕੜ ਛੱਡਦਾ ਦੇਸੀ ਪਰ ਉਹ ਕੁੱਕੜ ਨਹੀਂ ਮੁੜਿਆ ਉਥੇ ਨਾ ਫਰਕਾਟਿਆਂ ਦੀ ਆਵਾਜ਼ ਆਉਂਦੀ ਸੀ ਜਿਵੇਂ ਉੱਲੂ ਫਰਕਾਟਾ ਮਾਰਦਾ ਹੈ ਜਾਂ ਸੱਪ ਫਰਕਾਟਾ ਮਾਰਦਾ ਹਮ ਉਥੋਂ ਆਵਾਜ਼ ਆਉਂਦੀ ਹੁੰਦੀ ਸੀ ਇਹ ਆ ਜਿਹੜਾ ਮਕਾਨ ਜਿਹੜਾ ਢਾਏ ਗਏ ਨੇ ਸਰੈਂਚੀਆਂ ਦਾ ਪਰਲਾ ਘਾਰਿਆ ਜੀ ਇਹ ਜਿਹੜਾ ਢਾਇਆ ਗਿਆ ਹੈ ਉਦੋਂ ਇੱਥੇ ਉਹ ਜਿਹੜੇ ਬੰਦੇ ਢਾਉਂਦੇ ਪਏ ਸੀ ਮਾਲਕਾ ਜ਼ਿਮੀਂਦਾਰ ਉਹ ਛੱਡ ਕੇ ਭੱਜ ਗਏ ਉਹ ਇੱਥੇ ਇੱਕ ਇਸ ਚੀਜ਼ ਅੰਧਵਿਸ਼ਵਾਸ ਬਹੁਤ ਜ਼ਿਆਦਾ ਹੈ ਅੰਧਵਿਸ਼ਵਾਸ ਜਾਨੀ ਕਿ ਲੋਕ ਸਮਝਦੇ ਸੀ ਵੀ ਇੱਥੇ ਕੁਝ ਭੂਤ ਪ੍ਰੇਤ ਪਰ ਇੱਥੇ ਕਾਕਣੀਗਾ ਜੀ ਮੇਰੇ ਚਾਰ ਬੱਚਿਆਂ ਦਾ ਜਨਮ ਇੱਥੇ ਹੋਇਆ ਹੈ ਮੈਂ ਖੁਦ ਇੱਥੇ ਜੰਮਿਆ ਨਹੀਂਗਾ ਭਲਿਆ ਇੱਥੇ ਆ ਉਹ ਬਸ ਉੰਜ ਡਰ ਗਏ ਹੋਣੇ ਯਾਰ ਸੱਪ ਵਗੈਰਾ ਕਿਉਂਕਿ ਪੁਰਾਣਾ ਕਾਫੀ ਸੀਗਾ ਹਣਾ ਤੂੰ ਕੀੜੇ ਮਕੌੜੇ ਤੋਂ ਜੀ 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 ਉਹ ਲੋਕਾਂ ਦੇ ਦਿਮਾਗ 'ਚ ਬੈਠੇ ਹਾਂਜੀ ਹਾਂਜੀ ਅੱਛਾ ਹੋਰ ਵੀ ਤੁਸੀਂ ਇੱਥੇ ਦੱਸ ਰਹੇ ਹੋ ਕਿ ਉਹ ਫੁੱਲ ਵਾਲੇ ਬਣੇ ਹੋਏ ਕਾਰਾਗਰੀ ਦੇ ਬਾਰੇ ਕਾਰਾਗਰੀ ਇਹ ਬੜੀ ਸੋਹਣੀ ਹੈ ਹਨਾ ਬੜੀ 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 ਕਾਇਮ ਚੀਜ਼ ਹੈ ਜੀ ਜੇ ਕਿ ਤੁਹਾਨੂੰ ਅੱਗੇ ਜਾ ਕੇ ਤੁਸੀਂ ਵੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਇਹ ਉਰਲੀ ਸਾਈਡ ਵੀ ਸੀ ਆ ਚਵਾਰਾ ਡਿੱਗਣ ਦੇ ਕਾਰਨ ਉਰਲੀ ਸਾਈਡ ਵਾਲੀ ਜਿਹੜੀ ਆ ਉਹ ਡਿੱਗ ਪਈ ਟੁੱਟ ਗਈ ਜਾਣੀਗੀ ਹੁਣ ਪਰਲੀ ਸਾਈਡ ਵਾਲੀ ਖੇਰ ਲਈ ਬਚੀ ਹੋਈ ਆ ਆ ਮਕਾਨ ਬੜੇ ਸੋਹਣੇ ਸੀ ਇਹਦੇ ਉੱਤੇ ਬੜੇ ਸੋਹਣੇ ਜਵੇਂ ਆਪਾਂ ਅੱਜ ਕੱਲ ਭਾਵੇਂ ਲਾਉਣੇ ਆ ਜਵੇਂ ਉਹ ਦੇਖੋ ਪਿੱਛੇ ਤੁਹਾਡੇ ਇਹ ਤਰ੍ਹਾਂ ਹੀ ਚੀਜ਼ਾਂ ਇੱਥੇ ਵੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਸੀ अच्छा ठीक है जी ਇਹਦੇ ਚਾਰ ਚਬਾਰੇ ਸੀ ਦੋ ਤਰ੍ਹਾਂ ਦੀਆਂ ਪੌੜੀਆਂ ਇੱਕ ਉਧਰੋਂ ਚੜਦੀਆਂ ਸੀ ਇਹ ਕਈ ਉਧਰੋਂ ਚੜਦੀਆਂ ਸੀ ਤੇ ਕੁੱਲ ਪੂਰੇ ਮਹਿਲ ਦਾ ਘੇਰਾ ਲਿਆਂਦਾ ਜਾਂਦਾ ਸੀਗਾ ਇਹ ਇੱਕ ਮਹਿਲ ਸੀਗਾ ਅੱਜ ਵੀ ਵੇਖ ਸਕਦੇ ਜੋ ਤੁਸੀਂ ਇਹਦੀਆਂ ਜਿਹੜੀਆਂ ਕੰਧਾਂ ਨੇ ਉਹ 2.5 ਤੋਂ 3 ਇੱਟ ਦੀਆਂ ਚੌੜੀਆਂ ਨੇ ਹਾਂ ਔਰ ਕਾਫੀ ਲੰਬੀ ਚੌੜੀ ਬਣੀ ਹੋਈ ਹੈ ਹਾਂਜੀ ਤੇ ਬਣੀ ਹੋਈ ਵੀ ਦੇਖੋ ਇਹ ਮਿੱਟੀ ਲੱਗੀ ਹੋਈ ਹੈ ਵੀ ਮਿੱਟੀ ਹੈ ਜੀ ਮਿੱਟੀ ਦੀ ਚਣਾਈ ਹੈ ਕੁਝ ਚੂਨੇ ਦੀ ਪਲਸਤਰ ਜਿਹੜਾ ਉਹ ਚੂਨੇ ਦਾ ਹੈ ਤੇ ਚਣਾਈ ਜਿਹੜੀ ਉਹ ਮਿੱਟੀ ਦੀ ਹੈ ਜੀ ਆ ਪਿੱਛੇ ਇੱਕ ਕੱਚਾ ਵੀ ਇੱਧਰ ਹੈਗਾ ਸੀ ਕੋਈ ਉਹ ਐਡੀ ਮੋਟੀ ਦੁਆਰ ਹੈਗੀ ਉਹ ਉਹ ਸਰ ਜੀ ਸਾਰੇ ਮਕਾਨ ਕੱਚੇ ਨੇ ਅੱਧੇ ਮਕਾਨ ਕੱਚੇ ਨੇ ਜਾਨੀ ਕਿ ਤਿੰਨ ਟਾ ਕੱਚੀਆਂ ਲੱਗੀਆਂ ਨੇ ਤਿੰਨ ਪੱਕੀਆਂ ਲੱਗੀਆਂ ਨੇ ਅੱਧਾ ਮਕਾਨ ਕੰਧ ਕੱਚੀ ਏ ਐ ਕੱਚੀ ਅੱਧੀ ਪੱਕੀ ਏ ਸਿਆਲ ਚ ਗਰਮ ਗਰਮੀ ਚ ਠੰਡਾ ਉਹ ਤੁਸੀਂ ਮੇਰੇ ਨਾਲ ਉਧਰ ਚੱਲੋਗੇ ਮੈਂ ਤੁਹਾਨੂੰ ਵਿਖਾਵਾਂਗਾ ਐਵੇਂ ਤੁਹਾਨੂੰ ਨਹੀਂ ਸਮਝ ਆਏਗੀ ਚਲੋ ਦੇਖਦੇ ਆਓ ਵੀ ਨਾਮ ਤੁਹਾਡਾ ਮੇਰਾ ਨਾਮ ਲక్ష్మణ ਸਿੰਘ ਹੈ ਲక్ష్మణ ਸਿੰਘ ਆਹ ਇਹ ਪਿੰਡ ਸਰਾਵਾ ਬੋਦਲਾ ਹੈ ਆ ਸਰਾਵਾ ਬੋਦਲਾ ਇਹਨਾਂ ਦੇ ਜਿਹੜੇ ਮਕਾਨ ਨੇ ਬੋਦਲੇ ਦੇ ਉਹਦੇ ਵਿੱਚ ਸੁਰੰਗ ਦੇਖੀ ਸੀ ਕੋਈ ਓਏ ਉਹਦਾ ਇਹ ਮੈਦਾਨ ਭਾਰੋਂ ਦਾਦ ਨਾ ਕਾਂ ਦਾ ਨਹੀਂ ਇਹੀ ਗਏ ਡੱਕ ਪਾ ਜਾਏਗਾ ਇੱਟਾ ਅੱਛਾ ਉਹ ਜਾਨੂ ਬੀਬੀਆਂ ਨਹੀਂ ਜਾਣਦੀਆਂ ਉਹਦੇ ਨਾਮ ਉਹ ਜਾਏ ਦੂਜੋਂ ਇਸ ਤਰ੍ਹਾਂ ਨਾ ਉਹਦਾ ਥੜਾ ਜਾਏ ਅੰਦਰ ਅੰਦਰ ਸਮਾਨ ਸੂੰਦ ਰੱਖਣ ਚਾਹੀਦਾ ਹੀ